ले पप्पी पैसे दे भाई, किन्ना का कमा लेने? 1500 रुपये भरी महीने का? नहीं, एक दिन का भाई। एक दिन का? हाँ जी भाई। बैग ले लो। हाँ ले। यार पप्पी, अपा कदों तक ऑटो दे पैसे देंदे रहेंगे? जदों तक असीं एक ऑटो नहीं पा लेंदे। तू कभी वड्डा ना सोची। सर, तुहाडे नाल रह रहे हैं, ऑटो बारे सोच रहे हैं, इस तो वड्डा की सोच सकदा? जेहो जे तुहाडे काम है, मैनूं लगदा तुसीं कहदे मैनूं रोड ते लैण। ओ तू देखी, इही रोड ते एक दिन तेरे यार दी वड्डियां गड्डियां चलनियां ने विद ड्राइवर। किन्नी कु वड्डी होगी? कौन? आ तुहाडी गलतफहमी जिहड़ी तुसीं पाल के बैठे हो। तैनूं की लगदा मैं कभी तरक्की नहीं कर सकदा? सच्ची दसा? ना रहन दे, मैनूं पता तू ना ही बोलना। सर, तुसी मैनूं किन्ना डुंगाई तक जानदे हो। कदी कदी मेरा जी करदा मैं अपना असिस्टेंट ही बदल लां। पर असिस्टेंट बदलोगे तो कोई गल नहीं, पर इतिहास पहली बार होगा कि किसी ने अपना उस्ताद ही बदल लिया। हायो रब्बा, इधर भी पैसे, इधर भी पैसे। हाय परमात्मा, एहो जिहा जीजा रब सब नू दवे। इन्ने पैसे तो मेरे पूरे खानदान ने नहीं वेखे होने, जिन्ने मैं 100 दिन च कमा लेना। बस हुन मेरी भैन 3-4 व्याह वाली होर मन जावे, फिर देखी मैं मालो माल हुंदा। हाय हाय, तेनू हाय, तेरे प्यो नू हाय, तेरे पूरे टब्बर नू हाय। ओ जनाब, मैं ओ वाली हाय नहीं बोल रहा, पर मैं तो ओही हाय कह रहे हैं। मैं तो डरा बहुत ना सुनया जी। पर मैं ताडा नाम बिल्कुल नहीं सुनया। कोई गल नहीं, आप आप दस देने। दसो। हाय, आई एम संदीप खोसला। मैं जी शलेडा फाइनेंस कंपनी दे विच लोकां दे लोन अप्रूव करदा हां। साडी कंपनी हर चीज दे वास्ते लोन दिंदी है। जे तुहानू वी कदी लोन चाहिदा होवे ना, कदी रात नू कॉल करियो, उसे वेले मिल जूगा। ਵਿਆਹ ਦੇ ਕੱਪੜਿਆਂ ਵਾਸਤੇ, ਮੱਝਾਂ ਵਾਸਤੇ, ਝੋਟਿਆਂ ਵਾਸਤੇ, ਭਾਂਡਿਆਂ ਵਾਸਤੇ, ਸਟੀਲ ਦੇ ਭਾਂਡੇ, ਤਾਂਬੇ ਦੇ ਭਾਂਡੇ, ਜੋ ਚਾਹੀਦਾ ਹੋਵੇ ਤੁਹਾਨੂੰ। ਉਹ ਮੈਨੂੰ ਨਹੀਂ ਚਾਹੀਦਾ ਕੋਈ ਲੋਨ, ਉਹ ਆ ਸਭ ਕੁਝ ਮੈਨੂੰ ਕਿਉਂ ਦੱਸ ਰਹੇ ਆ? ਤੇ ਨਾਲੇ ਮੇਰੇ ਕੋਲ ਤਾਂ ਪੈਸਾ ਹੀ ਬਹੁਤ ਆ। ਤੂੰ ਦੱਸ, ਜੇ ਤੈਨੂੰ ਕੋਈ ਲੋਨ ਚਾਹੀਦਾ ਹੋਵੇ। ਉਹ ਨਹੀਂ ਜੀ, ਮੈਨੂੰ ਕੋਈ ਲੋਨ ਨਹੀਂ ਚਾਹੀਦਾ, ਮੇਰਾ ਤੇ ਪੁਰਾਣੇ ਵਾਪਸ ਦਵਾ ਦਿਓ। ਉਹ ਜਿਹਨੂੰ ਦਿੱਤਾ ਉਹਦੇ ਕੋਲ ਜਾ, ਮੇਰੇ ਕੋਲੋਂ ਕੀ ਕਰਨ ਆਇਆ? ਤੇ ਨਾਲੇ ਜੇ ਵਾਪਿਸ ਹੀ ਲੈਣਾ ਸੀ ਫਿਰ ਲੋਨ ਕਿਉਂ ਦਿੱਤਾ? ਜੀ ਲੋਨ ਇਸ ਕਰਕੇ ਦਿੱਤਾ ਸੀ ਤਾਂ ਕਿ ਵਾਪਿਸ ਆ ਜਾਵੇ, ਪਰ ਉਹਨੇ ਤੇ ਕਿਸ਼ਤਾਂ ਦੀਆਂ ਕਿਸ਼ਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਫੋਨ ਤੇ ਕਿਸ਼ਤ ਵੀ ਨਹੀਂ ਦਿੰਦਾ ਬਈ, ਜੇ ਕਿਸ਼ਤ ਨਹੀਂ ਦਿੱਤੀ ਜਾਂਦੀ ਘੱਟੋ ਘੱਟ ਲੋਨ ਤਾਂ ਵਾਪਸ ਮੋੜ ਦਿਓ। ਕੋਈ ਗੱਲ ਨਹੀਂ, ਬਾਬਾ ਵਕੀਲ ਨਾ ਹੈ ਮੇਰਾ, ਮੈਂ ਤਾਂ ਇੱਦਾਂ ਦੇ ਲੋਕਾਂ ਤੋਂ ਪੈਸੇ ਕਢਾ ਲਏ ਜਿਨ੍ਹਾਂ ਨੇ ਮੈਨੂੰ ਦਿੱਤੇ ਵੀ ਨਹੀਂ ਸੀ, ਤੂੰ ਤਾਂ ਫਿਰ ਵੀ ਪੈਸੇ ਦਿੱਤੇ ਆ। ਕੋਈ ਗੱਲ ਨਹੀਂ, ਤੇਰਾ ਮਸਲਾ ਹੱਲ ਕਰ ਦਾਂਗੇ। ਸਰ, ਆਫਰ ਆਇਆ ਆਨਲਾਈਨ 50% ਦਾ, ਦੱਸੋ ਕਰਾਂ ਆਰਡਰ? ਉਹ ਤੇਰੇ ਭੂਆ ਦਾ ਬਰਥਡੇ ਆ ਜਿਹੜਾ ਮੈਂ ਆਰਡਰ ਦੇ ਦਿਆਂ? ਨਹੀਂ ਸਰ, ਮੇਰੀ ਭੂਆ ਦਾ ਬਰਥਡੇ ਤੇ ਆ ਪਿਛਲੇ ਮਹੀਨੇ ਲੰਘ ਗਿਆ। ਇਹ ਜਿਹੜਾ ਤੂੰ ਉੱਪਰੋਂ ਦੀ ਆ ਰਿਹਾ ਨਾ, ਮੈਂ ਸਭ ਸਮਝਦਾ, ਮੈਂ ਕਿੱਧਰ ਜੀਭ ਨਾ ਪੋਚਾ ਲਵਾਣਾ ਤੇਰੇ ਕੋਲ, ਇੱਥੇ ਬਕਵਾਸ ਕਰਦਾ ਰਹਿੰਦਾ ਹੁੰਦਾ, ਨਾਲੇ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ। ਹੁਣ ਆ ਕੀ ਕਰ ਰਿਹਾ ਤੂੰ? ਸਰ, ਤੁਸੀਂ ਆਪੇ ਤਾਂ ਕਹਿ ਰਹੇ ਕਿ ਮੇਰੀ ਗੱਲ ਸੁਣ ਕੰਨ ਖੋਲ ਕੇ। ਓਏ ਮੂਰਖ ਇਨਸਾਨ, ਐ ਮੈਂ ਮੁਹਾਵਰਾ ਬਣਿਆ ਭਈ, ਮੂੰਹ ਬੰਦ ਤੇ ਕੰਨ ਖੁੱਲੇ। ਹੁਣ ਮੈਂ ਆਰਡਰ ਕਰਦਾ ਨਹੀਂ, ਆਰਡਰ ਦਿੰਨਾ ਹੁੰਨਾ ਆ। ਤੇ ਸਰ, ਮੈਂ ਵੀ ਤੇ ਉਹ ਕਹਿ ਰਿਹਾ ਕਿ ਤੁਸੀਂ ਆਰਡਰ ਦੇ ਦਿਓ ਤੇ ਮੈਂ ਡਿਲੀਵਰੀ ਆਪੇ ਕਰ ਦੂੰਗਾ। ਬਹੁਤ ਅੱਛੇ ਭਈ ਬੱਚਿਆ, ਮੈਨੂੰ ਲੱਗਦਾ ਤੇਰੀ ਡਿਲੀਵਰੀ ਬਿਨਾਂ ਘਰੇ ਹੀ ਹੋਈ ਹੋਣੀ ਆ। ਉਹ ਨਹੀਂ ਸਰ, ਮੈਂ ਤੇ ਉਹ ਵੱਡੇ ਹਸਪੀਟਲ ਜੰਮਿਆ। ਜੱਸਾ ਬੇ ਤਾਂ ਉੱਥੇ ਪੈਦਾ ਹੋਇਆ ਸੀ ਜਿੱਥੇ ਲਿਖਿਆ ਸੀ, ਇੱਥੇ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ।